गुड मॉर्निंग सारियां नूं, किद्दां सारे जणे घेंट हो? उम्मीद करदा तुसीं सारे जणे घेंट होंगे। वेलकम टू माई चैनल। जे कोई मेरे चैनल दे उत्ते नवा आया तो चैनल नूं जल्दी जल्दी जाके सबसक्राइब कर लो, लाइक कमेंट जरूर करियो, वीडियो नूं पूरी वॉच करो, देखो किद्दां लगी वीडियो। वीडियो वधिया लगी तो शेयर भी जरूर करियो। अज यार सवेरे बहुत ही ज़्यादा लेट उठा है, यार 9:30 होंदे आ, सारे काम मेरे रह गए इदां ही। अज बहुत राती बहुत ही लेट सोता हैगा, राती नींद ही नहीं आई, की करिए, बड़ी लेट नींद आई है, तो इस करके सवेरे मैं 9:30 उठा है। तो सारे नूं पता ही हैगा कि मैं पहला भी सब तो पहले पार्ट दे विच भी कहा हैगा कि जे किसी ने भी मेरी वीडियो दे विच शॉर्ट आउट लेना चाहता है वो मैं जल्दी जल्दी जाके चैनल नूं सबसक्राइब करो, जल्दी जल्दी जाके इंस्टाग्राम नूं फॉलो करो, तो मेरे स्नैपचैट नूं भी जाके फॉलो करो। उस तो बाद चैनल नूं वीडियोज़ नूं लाइक करना ना भुलो, तो उस तो बाद शेयर जरूर करनी है। जिहड़ा कुछ ये करेगा ओहदा मैं वीडियो दे विच शॉर्ट आउट जरूर दूंगा, ओहदी आई डी भी मैनशन भी जरूर विच करूंगा। ठीक है, तो बाकी मिलते हैं वीडियो दे विच। अब्बास बेटा बहुत बड़ा अपना ब्रेकफास्ट हो रहा, चाह इधर बन रही है, तुहानू पता चाह तो बिना फिर अखा खुलदिया नहीं गिया, चाह तो एक बहुत जरूरी है। बाकी अपना साइड तक आमलेट बन रहा है, तुहानू बाकी ब्रेकफास्ट तुहानू बाद च दिखाउणा। ब्रेकफास्ट हो गया अपना रेडी, देखो तुहानू भी दिखावा ब्रेकफास्ट, आमलेट थोड़े जे बदाम ले आ, ये तो बाकी तुहानू पता ही है चाह ਇਹ ਤਾਂ ਟ੍ਰਡੀਸ਼ਨਰੀ ਆ, ਇਹ ਸਾਰੇ ਲੋਕ ਪੀਂਦੇ ਪੀਂਦੇ, ਇੰਡੀਅਨਸ ਤਾਂ ਖਾਸ ਕਰਕੇ ਪੀਂਦੇ ਹੀ ਪੀਂਦੇ ਆ, ਇਸ ਕਰਕੇ ਬਾਕੀ ਜਲਦੀ ਜਲਦੀ ਖਾ ਲੈਂਦੇ ਹਾਂ, ਅਤੇ ਆਪਾਂ ਵੀਡੀਓ ਦੇ ਵਿੱਚ ਮਿਲਦੇ ਹਾਂ। ਅੱਜ ਕੀ ਕਰਨਾ ਕੰਮ, ਕੱਪੜੇ ਚੇਂਜ ਕਰਦੇ, ਫਿਰ ਤੁਹਾਨੂੰ ਦਿਖਾਉਂਦੇ ਹਾਂ ਅੱਜ ਕੀ ਕੰਮ ਕਰਦੇ ਹਾਂ, ਵੀਡੀਓ ਨਾਲ ਬਣੇ ਰਹੋ, ਤੁਹਾਨੂੰ ਦਿਖਾਉਂਦੇ ਅੱਗੇ। ਹਾਂਜੀ ਦੋਸਤੋ, ਜਿਹੜਾ ਤੁਹਾਨੂੰ ਕਿਹਾ ਸੀ ਆ ਕੰਮ ਕਰਨ ਵਾਲਾ ਜਿਹੜਾ ਪਿਆ ਹੋਇਆ, ਪਿੱਛੇ ਤੁਸੀਂ ਦਰਵਾਜ਼ਾ ਦੇਖ ਸਕਦੇ ਹਾਂ, ਇਹ ਦਰਵਾਜ਼ੇ ਨੂੰ ਸਾਰੇ ਨੂੰ ਆਪਾਂ ਰੰਗ ਕਰਨਾ ਹੈ, ਅਤੇ ਅੱਜ ਦੇ ਵਿੱਚ ਤਾਂ ਇਹ ਕੰਪਲੀਟ ਨਹੀਂ ਹੋਣਾ ਹੈਗਾ ਆ, ਇਹਨੂੰ 2-3 ਦਿਨ ਲੱਗ ਜਾਣੇ, ਕਿਉਂਕਿ ਮੈਂ ਇੱਕ ਦਿਨ ਦੇ ਵਿੱਚ ਇਹਨੂੰ ਪੂਰਾ ਕੰਪਲੀਟ ਵੀ ਨਹੀਂ ਕਰ ਸਕਦਾ, ਬਹੁਤ ਟਾਈਮ ਲੱਗਣਾ ਇਹਨੂੰ, ਕਿਉਂਕਿ ਇਹ ਇੱਕ ਨਹੀਂ ਹੈ, ਇਹਦੇ 4 ਪੱਲੇ ਆ, ਦੇਖ ਸਕਦੇ ਹਾਂ 4 ਵਾਰੀ ਫੋਲਡ ਹੁੰਦਾ ਹੈ, 2 ਵਾਰੀ ਇੱਧਰੋਂ 2 ਵਾਰੀ ਇੱਧਰੋਂ, ਇਸ ਕਰਕੇ 4 ਪੱਲੇ ਇਹਦੇ, ਅਤੇ ਕਾਫੀ ਵੱਡਾ ਹੈਗਾ। ਤੁਹਾਨੂੰ ਮੈਂ ਦਿਖਾਉਂਦਾ ਹਾਂ ਕਿ ਇਹਨੂੰ ਜਿੱਦਾਂ ਪਹਿਲਾਂ ਇਹਨੂੰ ਆਪਾਂ ਕਰਨਾ ਸਾਫ ਬ੍ਰੇਕ ਮਾਰ ਦੇ ਨਾਲ, ਤੁਹਾਨੂੰ ਦਿਖਾਉਂਦਾ ਮਸ਼ੀਨ ਆਉਂਦੀ, ਜਿਹਨਾਂ ਮਸ਼ੀਨ ਨਾਲ ਬ੍ਰੇਕ ਮਾਰਨਾ ਪਹਿਲਾਂ ਇਹਨੂੰ ਸਾਫ ਕਰਨਾ ਆ, ਜਿਹੜਾ ਥੋੜ੍ਹਾ ਰਹਿ ਜਾਏਗਾ ਉਹ ਹੱਥ ਨਾਲ ਆਪਾਂ ਸਾਫ ਕਰਨਾ ਆ। ਬਾਕੀ ਤੁਹਾਨੂੰ ਅੱਜ ਦਾ ਇਹੀ ਦਿਖਾਉਣਾ ਚੀਜ਼, ਮੈਂ ਦੇਖੋ ਤੁਸੀਂ ਵੀ ਨਾ ਇਲੈਕਟ੍ਰੋਨਿਕ ਰੇਗਮਰ ਲੱਗਾ ਹੋਇਆ, ਕਾਫੀ ਹੱਦ ਦੀ ਸਪੀਡ ਦੇ ਨਾਲ ਚੱਲਦੀ, ਆਪਾਂ ਜਿਹਨੂੰ ਘੱਟ ਵੱਧ ਵੀ ਕਰ ਸਕਦੇ ਹਾਂ, ਅਸੀਂ ਦੇਖ ਸਕਦੇ 2, 4, 5, 6 ਤੇ ਲਿਖੇ ਹੋਏ ਆ ਕਿੰਨੇ ਦੀ ਸਪੀਡ ਨਾਲ ਆਪਾਂ ਕਰਨਾ ਹੈ। ਇਹਦੇ ਨਾਲ ਪਹਿਲਾਂ ਆਪਾਂ ਕਰਨਾ ਬੂਹੇ ਨੂੰ ਬਿਲਕੁਲ ਸਾਫ, ਬਾਕੀ ਜਦੋਂ ਫਾਈਨਲ ਹੋ ਜਾਊਗਾ ਉਹਦੀ ਵੀ ਮੈਂ ਤੁਹਾਨੂੰ ਵੀਡੀਓ ਪਾਊਂਗਾ। ਹਾਂਜੀ ਆਹ ਦੇਖ ਸਕਦੇ ਤੁਸੀਂ, ਹਾਂਜੀ ਆਹ ਦੇਖ ਸਕਦੇ ਆਪਾਂ ਪਹਿਲਾਂ ਆ ਟੇਪ ਹੈਗੀ ਹੈ, ਜਿਹੜੀ ਟੇਪ ਹੈਗੀ ਆ ਨਾ, ਆ ਟੇਪ ਆਪਾਂ ਚਾਰੇ ਸ਼ੀਸ਼ਿਆਂ ਦੇ ਆ, ਸਾਰੇ ਜਿੰਨੇ ਵੀ ਸ਼ੀਸ਼ੇ ਦੇ ਆ, ਚਾਰ ਪੱਲਿਆਂ ਦੇ ਉੱਤੇ ਆਪਾਂ ਸ਼ੀਸ਼ਿਆਂ ਦੇ ਉੱਤੇ ਪਹਿਲਾਂ ਟੇਪ ਲਗਾਉਣੀ ਆ। ਆਪਾਂ ਟੇਪ ਤਾਂ ਲਾਉਣੀ ਹੈਗੀ ਆ, ਜਿਹਦਾ ਆਪਾਂ ਮਸ਼ੀਨ ਚਲਾਉਂਦੇ ਪਏ ਕਈ ਵੇਲੇ ਉਹ ਲੱਗ ਜਾਂਦਾ ਹੋ ਰਿਹਾ, ਟੇਪੀ ਪੈਣਗੇ ਕਈ ਵੇਲੇ ਆਪਾਂ ਰੇਗ ਮਾਰ ਮਾਰਦੇ ਤੀਜੀ ਗੱਲ ਕਰਦੇ ਹਾਂ, ਸਾਨੂੰ ਪੇਂਟ ਵੀ ਜੇ ਲੱਗ ਜਾਵੇ ਮਾੜਾ ਮਾੜਾ ਨਾ ਲਾਉਣ ਕਰ ਨਾ ਲੱਗੇ ਸ਼ੀਸ਼ੇ ਨੂੰ, ਕਦੇ ਹੈਗੀ ਨਹੀਂ ਆ, ਤੁਸੀਂ ਵੀ ਦੇਖਿਆ ਹੋਣੀ ਆ। ਦੇਖ ਸਕਦੇ ਹਾਂ ਮੈਂ ਜਿਹੜੇ ਤੁਹਾਨੂੰ ਟੇਪ ਲਾਉਣੀ ਸਟਾਰਟ ਦਿੱਤੀ ਸੀ, ਆਹ ਦੇਖੋ ਇੱਦਾਂ ਟੇਪ ਸਾਰੇ ਪਾਸੇ ਲਾ ਦੇਣੀ ਆ, ਆਹ ਸਾਰੇ ਸ਼ੀਸ਼ੇ ਦੇ ਉੱਤੇ ਟੇਪ ਲਾ ਚੁੱਕਾ ਮੈਂ, ਇੱਧਰ ਵੀ ਦੇਖ ਸਕਦੇ ਤੁਸੀਂ। ਹੁਣ ਇਹਨੂੰ ਆਪਾਂ ਭਲਾ ਸਾਫ਼ ਕਰੀਏ, ਪੇਂਟ ਕਰੀਏ, ਕੋਈ ਦਿੱਕਤ ਵਾਲੀ ਗੱਲ ਨਹੀਂ ਸ਼ੀਸ਼ੇ ਨੂੰ। ਹਾਂਜੀ ਗਰਮੀ ਬਹੁਤ ਜ਼ਿਆਦਾ ਹੋ ਗਈ ਸੀਗੀ, ਬਹੁਤ ਜ਼ਿਆਦਾ ਗਰਮੀ, ਅਤੇ ਇਸ ਕਰਕੇ ਹੁਣ ਮੈਂ ਕੰਮ ਵਿੱਚ ਹੀ ਛੱਡ ਦਿੱਤਾ, ਕਿਉਂਕਿ ਇਹ ਇੱਕ ਦਿਨ 'ਚ ਕੰਪਲੀਟ ਹੋ ਵੀ ਨਹੀਂ ਸਕਦੇ, ਇਹਨੂੰ 3-4 ਦਿਨ ਲੱਗ ਜਾਣੇ ਆ। ਹੁਣ ਮੈਂ ਸਾਰੇ ਪਾਸੇ ਟੇਪ ਵੀ ਲਾਤੀ ਆ, ਅਤੇ ਅੱਧਾ ਸਾਫ਼ ਕਰ ਚੁੱਕਾ ਬੂਹਾ ਰੇਗ ਮਾਰਨ ਦੀ ਮਸ਼ੀਨ ਦੇ ਨਾਲ, ਅੱਧਾ ਬੂਹਾ ਸਾਫ਼ ਕਰ ਚੁੱਕਾ, ਤੁਹਾਨੂੰ ਮੈਂ ਵੀਡੀਓ ਪਾਤੀ ਹੋਈ ਹੈ, ਤੁਸੀਂ ਚੈੱਕ ਕਰ ਸਕਦੇ ਹਾਂ, ਬਹੁਤ ਹੀ ਘੈਂਟ ਹੈਗੀ ਆ, ਉਹਨਾਂ ਪਰ ਇੱਕ ਸਾਈਡ ਹੋ ਚੁੱਕੀ ਆ,
ਹੁਣ ਕੱਲ ਮਤਲਬ ਕਿ ਜਦੋਂ ਵੀ ਮੈਂ ਹੁਣ ਜਿਹੜੇ ਵੀ ਬਲੌਗ ਬਣਾਉਂਗਾ ਉਹਦੇ ਵਿੱਚ ਥੋੜ੍ਹਾ 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 ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਾਂਗਾ ਜਿੱਦਣ ਕੰਪਲੀਟ ਹੋਇਆ ਉਦਣ ਕੰਪਲੀਟ ਦੀ ਵੀ ਵੀਡੀਓ ਪਾ ਦੂੰਗਾ ਮੈਂ ਤੁਹਾਨੂੰ ਕਿ ਜਿਹੜਾ ਬੂਹਾ ਕੰਪਲੀਟ ਹੈ ਜਦੋਂ ਮੈਂ ਕਰ ਦਿੱਤਾ ਪਾਰ ਚਾਰ ਪੱਲੇ ਵਾਲਾ ਬੂਹਾ ਅਤੇ ਜਦੋਂ ਇਹ ਕੰਪਲੀਟ ਹੋ ਜੂਗਾ ਇਹਦੀ ਵੀ ਮੈਂ ਪਾ ਦੂੰਗਾ ਵੀਡੀਓ ਤੁਸੀਂ ਦੇਖਿਓ ਕਿੱਦਾਂ ਦਾ ਹੋਇਆ ਪੇਂਟ ਮੈਂ ਕੀਤਾ ਖੋਦ ਅਤੇ ਇਕੱਲੇ ਨੇ ਕੀਤਾ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੀਓ ਠੋਕ ਕੇ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਠੋਕ ਕੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਜੇ ਤੁਹਾਨੂੰ ਬਲੌਗ ਵਧੀਆ ਲੱਗਦਾ ਆ ਲਾਈਕ ਕਰੋ ਜੇ ਕੋਈ ਪ੍ਰੋਬਲਮ ਲੱਗਦੀ ਕਮੈਂਟ ਕਰੋ ਜੇ ਬਿਲਕੁਲ ਨਹੀਂ ਚੰਗਾ ਲੱਗਦਾ ਡਿਸਲਾਈਕ ਵੀ ਕਰੋ ਮਤਲਬ ਕਿ ਪਤਾ ਲੱਗੇ ਮੈਨੂੰ ਕਿ ਕੋਈ ਪ੍ਰੋਬਲਮ ਹੈਗੀ ਇਹਦੇ ਵਿੱਚ ਇਸ ਕਰਕੇ ਤੁਸੀਂ ਕਮੈਂਟ ਲਾਈਕ ਕਮੈਂਟ ਸ਼ੇਅਰ ਸਾਰਾ ਕੁਛ ਠੋਕ ਕੇ ਦੱਸਿਆ ਕਰੋ ਕਿ ਕੀ ਗੱਲਬਾਤ ਆ ਕੁਛ ਵੀ ਆ ਜੇ ਕੋਈ ਹੋਰ ਵੀ ਗੱਲਬਾਤ ਕਰਨੀ ਹੁੰਦੀ ਆ ਤੁਸੀਂ ਕਮੈਂਟ ਕਰ ਸਕਦੇ ਹਾਂ ਬਾਕੀ ਇੰਸਟਾਗ੍ਰਾਮ ਦੀ ਆਈ ਡੀ ਤਾਂ ਮੇਰੇ ਡਿਸਕ੍ਰਿਪਸ਼ਨ ਦੇ ਵਿੱਚ ਹੀ ਆ ਅਤੇ ਜਲਦੀ ਜਲਦੀ ਜਾ ਕੇ ਫੋਲੋ ਕਰੋ ਇੰਸਟਾਗ੍ਰਾਮ ਨੂੰ ਸਨੈਪਚੈਟ ਨੂੰ ਫੇਸਬੁੱਕ ਦਾ ਵੀ ਤੁਹਾਨੂੰ ਮੈਂ ਲਿੰਕ ਵਿੱਚ ਦਿੱਤਾ ਹੈ ਮੇਰਾ ਜਿਹੜਾ ਫੇਸਬੁੱਕ 'ਤੇ ਪੇਜ ਹੈਗਾ ਆ ਡਵੈਲ ਬਲੌਗਸ ਦਾ ਉੱਤੇ ਵੀ ਮੈਂ ਪੋਸਟਾਂ ਪਾਉਂਦਾ ਰਹਿੰਦਾ ਹਾਂ ਉਹ ਵੀ ਤੁਸੀਂ ਦੇਖ ਸਕਦੇ ਹਾਂ ਬਾਕੀ ਜੇ ਕੋਈ ਨਵੀਂ ਕੋਈ ਗੱਲਬਾਤ ਹੋਏਗੀ ਉਹ ਵੀ ਮੈਂ ਵਿੱਚ ਤੁਹਾਨੂੰ ਪੋਸਟ ਕਰ ਦੂੰਗਾ ਜੇ ਕੋਈ ਗੱਲ ਹੋਏਗੀ ਕੁਛ ਵੀ ਹੁੰਦਾ ਆ ਕੋਈ ਪਤਾ ਲੱਗਦੀ ਆ ਕੋਈ ਨਵੀਂ ਜਾਣਕਾਰੀ ਹੁੰਦੀ ਜੋ ਕੁਛ ਵੀ ਹੈ ਤੁਹਾਨੂੰ ਮੈਂ ਉਹ ਵੀ ਨਾਲ ਦੀ ਨਾਲ ਦੱਸਦਾ ਰਹੂੰਗਾ ਅਤੇ ਬਾਕੀ ਰਹੀ ਸ਼ੋਰਟ ਆਊਟ ਵਾਲੀ ਗੱਲ ਮੇਰਾ ਵੀ ਜਿਹਨੇ ਵੀ ਸ਼ੋਰਟ ਆਊਟ ਲੈਣਾ ਦੋਸਤਾਂ ਨੇ ਜਿਨ੍ਹਾਂ ਨੇ ਵੀ ਸ਼ੋਰਟ ਆਊਟ ਲੈਣਾ ਆ ਜਲਦੀ ਜਾ ਕੇ ਡੀ ਐੱਮ ਕਰੋ ਇੰਸਟਾਗ੍ਰਾਮ 'ਤੇ ਫੋਲੋ ਵੀ ਕਰੋ ਡੀ ਐੱਮ ਕਰੋ ਅਤੇ ਸ਼ੋਰਟ ਆਊਟ ਤੁਹਾਡਾ ਵੀ ਮੈਂ ਵਿੱਚ ਦਊਂਗਾ ਠੀਕ ਹੈ ਮਿਲਦੇ ਹਾਂ ਆਪਾਂ ਕੱਲ੍ਹ ਨਵੇਂ ਬਲੌਗ ਦੇ ਵਿੱਚ ਬਾਏ